आकाशवाणी न शर्मा को खबर लोकसभा विपक्ष आसिया एनडीए सरकार खिलाफ आंद गए अविश्वास प्रस्ताव पर चर्चा जारी शहीदें के सम्मान इक्कीय दिन का राष्ट्रव्यापी अभियान मेरी माटी मेरा देश शुरू हुआ ਵਾਰਾ ਚੋੜੋ ਆंदोलਨ ਦੀ ਪਰੇਕੰਡ ਦੇ ਮੌਕੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸਵਤੰਤਰਤਾ ਸੈਨਾਨੀ ਕੀ ਸ਼ਰਧਾਂ ਲੀਤ ਦੇਣ ਲਈ ਰਾਸ਼ਤੇ ਅਗਵਾਈ ਕੀਤੀ ਸੈਨਾ ਅਧਿਖ ਜਨਰਲ ਮਨੋਜ ਪਾਂਡੇ ਬਰਤਾਨੀਆਂ ਦੇ 5 ਰੋਜ਼ਾ ਦੌਰੇ ਪਰ ਰਵਾਨਾ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਤੇ ਕੁਮਾਇਉ ਖੇਤਰੇ ਚ ਅੰਤੇ 24 ਘੰਟੇ ਦੌਰਾਨ ਪਾਰੀ ਬਰਖਾ ਦੀ ਚੇਤਾਵਨੀ ਜਾਰੀ ਕੀਤੀ ਤੇ ਔਕੀ ਦੀ ਏਸ਼ੀਆਈ ਚੈਂਪੀਅਨਸ ਟਰੋਫੀ ਚ ਅਜ ਰਾਤੀ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਪਨੇ ਸਾਹਮਣੇ ਉੰਗਨ ਖਬਰਾਂ ਦੀ ਤਫਸੀਲ ਲੋਕ ਸਭਾ ਚ ਵਿਰੋਧੀ ਧੜਿਆਸਿਆ ਆਨੇਗੇ ਦੇ ਅਵਿਸ਼ਵਾਸ ਪ੍ਰਸਤਾਵ ਉਪਰ ਅਜ ਦੂਵੇ ਤਿਆਰੇ ਚਰਚਾ ਜਾਰੀ ਹੈ ਇਦੱਚ ਸਾਲਾਂ ਦੀ ਹੋਈ ਕਾਂਗਰਸੀ ਨੇਤਾ ਰਾਹੁਲ ਗਾਂਧੀ ਹੋਰੇ ਸਰਕਾਰ ਉੱਪਰ ਮਨੀਪੁਰ ਕੀ ਬੰਡਨੇ ਦਾ aarop laya। ਉਹਨੇ ਸਵਾਲ ਕੀਤਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਆਜੰਤਾ ਕਰ ਮਨੀਪੁਰ ਦਾ ਦੌਰਾ ਕੀ ਨਹੀਂ ਕੀਤਾ। ਉਹਨੇ ਭਾਰਤੀ ਜਨਤਾ ਪਾਰਟੀ ਪਰ ਦੇਸ਼ਿਤ ਦੇ ਖਿਲਾਫ ਕੰਮ ਕਰਨੇ ਦਾ ਵੀ ਦੋਸ਼ ਲਾਇਆ। ਗਾਂਧੀਓਰੇ ਇਸ ਮੌਕੇ ਮਨੀਪੁਰ ਚ ਇੱਕ ਰਾਹਤ ਸ਼ਿਵਰ ਦੇ ਆਪਣੇ ਦੌਰੇ ਦਾ ਜ਼ਿਕਰ ਕਰਦਿਓ ਯਾ ਕਿ ਇਹ ਰਾਜ ਚ ਇਨਸਾ ਦੇ ਦੌਰਾਨ ਮਹਿਲਾਇਨ ਕਨੇ ਜ਼ੁਲਮ ਹੋਇਨਾ। ਉਹਨੇ 20 ਸਾਲ ਕੀਤਾ ਜੇ ਸਰਕਾਰ ਸਾਮਾਨੀ ਸਥਿਤੀ ਬਾਲ ਕਰਨ ਲਈ ਮਨੀਪੁਰ ਚ ਫੌਜ ਕੀ ਕੀ ਨੀ ਤੈਨਾਤ ਕਰਾ ਕਰਦੀ। ਇਸ ਦੌਰਾਨ ਸੱਤਾ ਪੱਖ ਤੇ ਵਿਰੋਧੀ ਧਿਰ ਦੇ ਸਦਸਿਆਂ ਵਿਚਕਾਰ ਤਿਰਖੀ ਬਹਿਸ ਹੋਈ ਚਰਚਾ ਚ ਦਖਲ ਦਿਨ ਦਿਓਈ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਆਖਿਆ ਜੇ ਮਨੀਪੁਰ ਪਾਰ ਦਾ ਅੰਤਰ ਟਾਂਗ ਹੈ ਇਹ ਕਦੇ ਵੀ ਨਹੀਂ ਬੰਡੋਵਾ ਤੇ ਨਾਗੇ ਕਦੇ ਬੰਡੋਗ ਉਹਨੇ ਆਖਿਆ ਕਿ ਜਿਸਲੇ ਪਿਛਲੇ ਦਿਨੇ ਜੰਮੂ ਕਸ਼ਮੀਰ ਚ ਮਹਿਲਾਈਆਂ ਉਪਰ ਜ਼ੁਲਮ ਉਆ ਕਰਦੇ ਹੈ ਤਾਂ ਕਾਂਗਰਸ ਉਸਤੇ ਚੁੱਪ ਗਈ ਹੀ ਉਹਨੇ ਦਫਾ 370 ਦਾ ਜ਼ਿਕਰ ਕਰਦੇ ਹੋਏ ਆਖਿਆ ਜੇਸੀਟਾ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਚ ਮਹਿਲਾਇ ਲਈ ਨਿਆ ਜਕੀ ਨਹੀਂ ਬਨਾਇਆ ਗਿਆ ਹੈ ਸਮ੍ਰਿਤੀ ਰਾਨੀ ਉਹ ਅੱਗੇ ਆਖਿਆ ਜੇ ਭਾਰਤ ਵੰਸ਼ਵਾਦ ਚ ਨਹੀਂ ਕਾਬਲੀਅਤ ਉੱਪਰ ਵਿਸ਼ਵਾਸ ਰੱਖਦਾ ਹੈ ਉਹਨੇ ਆਮ ਲੋਕਾਂ ਦੇ ਜੀਵਨ ਦੀ ਸਹਿਲ ਸੁਗਮ ਤੇ ਸੁਵਿਧਾਜਨਕ ਬਣਾਉਣ ਲਈ ਚਰਾਈ ਗਏ ਦੀਏ ਸਵੱਛ ਭਾਰਤ ਮਿਸ਼ਨ ਮੁਦਰਾ ਦਵਾਰ ਯੋਜਨਾ ਸਟੈਂਡ ਅਪ ਇੰਡੀਆ ਹਰ ਘਰ ਨਲ ਸ਼ੌਚਾਲਿਆਂ ਦੇ ਨਿਰਮਾਣ ਉਜਵਲਾ ਯੋਜਨਾ ਤੇ ਮੋਦੀ ਸਰਕਾਰ ਦੀਆਂ ਹੋਰ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿੰਦੇ ਰਾਏ ਹਰ ਖਾਸ ਆਮ ਕੀ ਫਾਇਦਾ ਪੁਚਾ ਕਰਦਾ ਹੈ ਤੇ ਕਮਜ਼ੋਰ ਵਰਗਾਂ ਦੇ ਜੀਵਨ ਸਤਰ ਹੈਗੀ ਉਬੜਾ ਚੁੱਕਿਆ ਜਾ ਕਰਦਾ ਹੈ ਤਾਂ ਹੀ ਬੀਜੇਪੀ ਦੇ ਰਾਮ ਕਿਰਪਾਲ ਯਾ ਆਦਵਰੇ ਵਿਰੋਧੀ ਪਾਰਟੀਆਂ ਸਿਆ ਹਾਲਚ ਬਣਾਏ ਗਏ ਦੇ ਆਈ ਐਨ ਡੀ ਆਈ ਏ ਗਠਬੰਧਨ ਪਰ ਸਵਾਲ ਪੁੱਟਦੇ ਹੋ ਆਖਿਆ ਜੇਪਰਾਚਾਰੀਆਂ ਪਾਇਪਤੀ ਜਵਾਦ ਤੇ ਤੁਸ਼ਟੀ ਕਰਨ ਦੀ ਨੀਤੀ ਅਪਣਾਈ ਆਪਣੀ ਸਿਆਸੀ ਲਾਅ ਹਲ ਕਰਨਿਆਲਿੰਦਾ ਗੋਟਾ ਬਿਹਾਰ ਸਰਕਾਰ ਦੀ ਨੁਕਤਾਚੀਨੀ ਕਰਦੇ ਹੋਏ ਉਹਨੇ ਦੋਸ਼ ਲਾਇਆ ਜਿਸ ਰਾਜਜ ਆਮ ਜਨਤਾ ਦੇ ਮੁੱਦੇ ਪੁੱਟਨੇ ਪਰ ਵਿਪਖਸ਼ ਕੀ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਥੇ ਡਰਦਰਾ ਹਾਲਾ ਮੂਲ ਪੈਦਾ ਕੀਤਾ ਜਾ ਕਰਦਾ ਹੈ ਗ੍ਰੀ ਮੰਤਰੀ ਅਮਿਤ ਚਾਹਰੇ ਵਿਰੋਧੀ ਪਾਰਟੀਆਂ ਦੇ ਅਭਿਸ਼ਵਾਸ ਪ੍ਰਸਤਾਵ ਉੱਪਰ ਬਨਕ ਦਾ ਪਰਤਾ ਦਿੰਦੇ ਹੋ ਜਾਂ ਕਿ ਜੇ ਜਦੋਂ ਦਾ ਮੁਲਕ ਆਜ਼ਾਦ ਹੋ ਆਇਆ ਤਦੋਂ ਥਮਾ ਅਜੰਤਕਰ ਸਤਾਈ ਅਵਿਸ਼ਵਾਸ ਪ੍ਰਸਤਾਵ ਤੇ 11 ਵਿਸ਼ਵਾਸ ਪ੍ਰਸਤਾਵ ਇਸ ਸਦਨ ਚ ਪੇਸ਼ ਕੀਤੇ ਗਏ ਨੇ ਪਰ ਇਹ ਅਵਿਸ਼ਵਾਸ ਪ੍ਰਸਤਾਵ ਐਸਾ ਹੈ ਜਿਹਦੇ ਚ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਲਈ ਨਾ ਤੇ ਜਨਤਾ ਕੀ ਕੋਈ ਅਵਿਸ਼ਵਾਸ ਹੈ ਤੇ ਨਾ ਗਏ ਸਦਨ ਕੀ ਤੇ ਇਹਦਾ ਮਕਸਦ ਛੜਾ ਲੋਕੀ ਅੰਦਰ ਭਰਮ ਭਲੇ ਖਿਆਲੀ ਸਥਿਤੀ ਪੈਦਾ ਕਰਨਾ ਹੀ ਹੈ ਉਹਨੇ ਆਖਿਆ ਜੇ ਇਹ ਲੋਕਾਂ ਦਾ ਸਰਕਾਰ ਉੱਪਰ ਭਰੋਸਾ ਹੈ ਜੇ ਉਹਨੇ ਦੋ ਤਿਹਾਈ ਅਕਸਰੀਅਤ ਕਨੇ ਉਪਰੋਤਲੀ ਦੋ ਬਰੀ ਐਨਡੀਏ ਕੀ ਚੁਣਿਆ ਤੇ ਮੁਲਕਾ ਚ ਤ੍ਰੀਏ ਬਰੇ ਦੇ ਵਕਫੇ ਪ੍ਰੈਂਤ ਪੂਰੇ ਬਹੁਮਤ ਕਨੇ ਇਸ ਤਰ ਸਰਕਾਰ ਦੇਨੇ ਦਾ ਕੰਮ ਜਨਤਾ ਨੇ ਕੀਤਾ ਤੇ ਇਹਦੇ ਕੋਲ ਆ ਵਧੀਏ ਦੇਸ਼ ਦਾ ਵਿਸ਼ਵਾਸ ਹੋਰ ਕੀ ਹੋ ਸਕਦਾ ਉਹਨੇ ਆਖਿਆ ਜੇ ਪ੍ਰਧਾਨ ਮੰਤਰੀ ਮੋਦੀ ਸ਼ਰੇ ਪਰ ਦੇਗੇ ਨਹੀਂ ਪੂਰੀ ਦੁਨੀਆ ਦੇ ਲੋਕਪ੍ਰੀਆ ਨੇਤਾਨ ਉਹਨੇ ਆਖੇ ਦੇ ਪਾਰ ਦੇ ਇਤਿਹਾਸ ਚ ਵਿਜਨ ਕੋਈ ਛੁੱਟੀ ਲੈਤੇ ਤੇ 24 ਘੰਟੇ ਚਾ 17 ਘੰਟੇ ਕੰਮ ਕਰਨਿਆਲਾ ਕੋਈ ਨੇਤਾ ਆਇਆ ਤੇ ਉਹ ਨਰਿੰਦਰ ਮੋਦੀ ਨ ਉਹਨੇ ਗਲਾਜ ਦੇ ਪਾਰ ਦੀ ਸਿਆਸਤ ਕੀ ਅਜੰਟੋੜੀ ਭ੍ਰਸ਼ਟਾਚਾਰ ਪਰਿਵਾਰਵਾਦ ਤੇ ਤੁਸ਼ਟੀਕਰਨ ਦੇ ਨਾਸੂਰ ਚੰਬੜੇ ਰਹਾ ਪਰ ਮੋਦੀਓਰੇ ਇਸ ਨਾਸੂਰ ਕੀ ਖਤਮ ਕਰਨ ਦੇਤੇ ਯੇ ਕੰਨੇ ਪੋਲਿਟਿਕਸ ਆਫ ਪਰਫੋਰਮੈਂਸ ਯਾਨੀ ਕੰਮ ਕਰੀ ਦਸ ਨੇ ਦੀ ਸਿਆਸਤ ਦੀ ਬਤ ਦਸੀ ਤੇ ਅੱਜ ਉਹਦਾ ਕੰਮ ਬੋਲਾ ਕਰਦਾ ਤੇ ਇਹ ਕਾਰਨ ਹੈ ਜੇ ਦੇਸ਼ की जनता की उन्हें पर गहरा विश्वास है। खबर लिखे जाने तक चर्चा जारी ही, एक खबर दूसर आकाशवाणी पर सुनाते हो। मुल्काली <स्थाँगी> सर्वोच्च बलिदान देने आलेशी दिन दे सम्मान जत्थमा मुल्क पर एच ओ मेरी माटी मेरा देश अभियान रंबोया जड़ा इस महीने की त्री तारीख तोड़ जारी रोग तहत राष्ट्र राज्य ब्लॉक बतहें पर कार्यक्रमें आयोजन किया इन्हें इन च स्वतंत्रता सुरक्षा सुरक्षाबलों के समर्पित यादगारी पट्टिका स्थापित की जाने पंचप्रणे आ सगंध चुकने ते वसुधा वंदन जने कार्यक्रम शामिल होगन प्रधानमंत्री और हाल आकाशवाणी पर अपने मन की बात कार्यक्रम दौरान इस अभियान का ऐलान किया इस अभियान तहत अमृत कलश यात्राएं का आयोजन भी कीता जाग जिस दौरान मुल्ख बाक के बिस्सें थ पचहत्र सौ कलशें आनी च आनी गेदी मिट्टी की दिल्ली अमृत वाटिका कायम करने इस्तेमाल ए अमृत वाटिका एक भारत श्रेष्ठ भारत की वचनबद्धता की दर्शाने अभियान आजादी का अमृत महोत्सव ਦਾ ਸਮਾਪਨ ਕਾਰਜਕ੍ਰਮ ਵੀ ਹੈ ਜਿਸੀ 12 ਮਾਰਚ 2021 ਕੀ ਸ਼ੁਰੂ ਕੀਤਾ ਗਿਆ ਹਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜ ਲੋਕੀਂ ਬਦੀ ਚੜੀਏ ਸਲਾਹਤਾ ਦੇਦੇ ਤਹਿਤ ਮੁਲਕ ਪਰ ਅਜ 2 ਲੱਖ ਸ਼ਮਤੇ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਭਾਰਤ ਛੋੜੋ ਅੰਦੋਲਨ ਚ ਹਿੱਸਾ ਲੈਣੇ ਵਾਲੇ ਸੁਤੰਤਰਤਾ ਸੈਨਾਨੀ ਗੀ ਸ਼ਤਾਂਤੀ ਅਰਪਿਤ ਕੀਤੀ ਹੈ ਇੱਕ ਟਵੀਟ ਰਾਇ ਮੋਦੀ ਹੋਰੇ ਬਰਤਾਨਵੀ ਹਕੂਮਤ ਥਮਾ ਆਜ਼ਾਦੀ ਲਈ ਭਾਰਤ ਦੀ ਲੜਾਈ ਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇਸ ਅਭਿਆਨ ਦੀ ਮਹੱਤਵਪੂਰਨ ਭੂਮਿਕਾ ਪਰ ਲੋ ਪਾਈ ਉਹਨੇ ਇਸ ਮੌਕੇ ਪਰ ਇੱਕ ਵੀਡੀਓ ਸੰਦੇਸ਼ ਰਾਇ ਆਪਣੇ ਵਿਚਾਰ ਵੀ ਸਾਂਝੇ ਕੀਤੇ ਮੋਦੀ ਹੋਰੇ ਆਖਿਆ ਜੇ ਭਾਰਤ ਛੋੜੋ ਅੰਦੋਲਨ ਦੀ ਬਰੇ ਗੰਡ ਪਰ ਸਮੂਲਚਾ ਮੁਲਕ ਇੱਕ ਸੁਰਚ ਰਾਸ਼ਟਰ ਦੀ ਭ੍ਰਸ਼ਟਾਚਾਰ ਵੰਸ਼ਵਾਦੀ ਰਾਜਨੀਤੀ ਤੇ ਤੁਸ਼ਟੀਕਰਨਤਾ ਮੁਕਤ ਕਰਨ ਦੀ ਆਵਾਜ਼ ਬੁਲੰਦ ਕਰਾ ਕਰਦਾ ਹੈ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫਟਨ ਗਵਰਨਰ ਮਨੋਜ ਸਿਨਹਾ ਹੋਰੇ ਸਿਵਲ ਪ੍ਰਸ਼ਾਸਨ ਪੁਲਿਸ ਤੇ ਸੁਰੱਖਿਆ ਬਲਾਂ ਦੇ ਆਲਾ ਅਧਿਕਾਰੀਆਂ ਦੀ ਇੱਕ ਉੱਚੀ ਸਤਾ ਦੀ ਬੈਠਕ ਲਾਈਏ ਤਿਰੰਗਾ ਯਾਤਰਾ ਵਾਲੇ ਸਮਾਰੋਹ ਦੀ ਤਿਆਰੀਆਂ ਦਾ ਜਾਇਜ਼ਾ ਲੈਤਾ ਇਸ ਮੌਕੇ ਸਿਨਹਾ ਹੋਰੇ ਆਖਿਆ ਜੇ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਦੀ ਚੇਤਾ ਕਰਨ ਦਾ ਇੱਕ ਬੜਾ ਖਾਸ ਮੌਕਾ ਹੈ ਉਹਨੇ ਆਖਿਆ ਜੇ ਸਭ ਨੇ ਉਮਰੀ ਦੇ ਲੋਕਾਂ ਦੀ ਲੋੜ ਸਤਾ ਹੈ ਜੋ ਆਉਂਦੀ 13 ਅਗਸਤ ਦੀ ਕੇ ਆਈ ਸੀ ਸੀ ਥਮਾ ਬੋਟੈਨੀਕਲ ਗਾਰਡਨ ਤੱਕ ਕੱਢੀ ਜਾਣ ਵਾਲੀ ਵਾਕਥਨ ਚ ਹਿੱਸਾ ਲੈਣ ਤੇ ਆਪਣੇ ਸੁਤੰਤਰਤਾ ਸੈਨਾਨੀਆਂ ਤੇ ਦੇਸ਼ ਲਈ ਸਰਵੋੱਚ ਬਲੀਦਾਨ ਦੇਣ ਵਾਲੇ ਜਵਾਨਾਂ ਦੀ ਸ਼ਰਧਾਂਜਲੀ ਦੇਣ ਐਲ ਜੀ ਹੋਰੇ ਮੇਰੀ ਮਾਟੀ ਮੇਰਾ ਦੇਸ਼ ਤੇ ਹਰ ਘਰ ਤਿਰੰਗਾ ਅਭਿਆਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਤਾ सेना प्रमुख जनरल मनोज पांडे आज برطانیہ ਦੇ ਪੰਜ ਰੋਜ਼ਾ ਦੌਰੇ ਪਰ ਰਵਾਨਾ ਹੋਏ ਹਨ ਉਹ ਸੈਂਡਹਰਟੀ ਰਾਇਲ ਮਿਲਟਰੀ ਅਕੈਡਮੀ ਚ 232 ਮੇ ਕਮਿਸ਼ਨਿੰਗ ਕੋਰਸ ਦੀ 221 ਸੋਵਰਨ ਪ੍ਰੇਡ ਦੀ ਸਮੀਖਿਆ ਕਰਨ ਗਨ ਦੌਰੇ ਦੌਰਾਨ ਹੁੰਦਾ برطانیہ ਦੇ ਸੈਨਾத் ਅਧਿਖ ਪੈਟ੍ਰਿਕ ਸੈਂਡਰਸ ਤੇ ਉਪਾਧਿਖ ਜਨਰਲ ਗਿਨ ਜੈਂਕਿੰਸ ਕਨੇ ਮਲਾਟੀ ਕਰਨ ਦਾ ਵੀ ਕਾਰਜਕ੍ਰਮ ਹੈ पुलसा के जम्मू जोन अतिरिक्त महानिदेशक मुकेश सिंह हो पंद्रह अगस्त के मद्देनजर बीएसएफ सीएपीएफ खुफिया एजेंसि पुलस सुरक्षा सीगे सिविल प्रशासन करने पुलिस से सुरक्षा बंदोबस्त बारे बैठक ली एडीजीपी आतंकी गतिविधियों बारे बोलते हुए एक एजेंसी की गुजारिश की थी जो इस खतरे के खात्मे कम कर ड्रोन रोधी बनने वाले आलाक पर जवाने की तैनाती पुलिस से सेना के ठिकाने की सुरक्षा समेत जिले च कई बचाव संबंधी हीलें करने आख्या उतरे की शैक आली थरें पर जिले दरहदें पर सझे नाके लाने पर भी जोर भर ਉਨੇ ਆਖਿਆ ਜ 15 ਅਗਸਤ ਦੀਆਂ ਤਿਆਰੀਆਂ ਦੇ ਕੰਨੋਂ ਕੰਨੇ ਸ਼੍ਰੀ ਅਮਨ ਰਾਜ ਜੀ ਦੀ ਯਾਤਰਾਗੀਰ ਮੰਦਾਰੀ ਅਲੇ ਟੰਗੇ ਸਰ ਕਰਵਾਣਾ ਵੀ ਯਕੀਨੀ ਬਣਾਇਆ ਜਾਣਾ ਲੋੜਦਾ। ਉਹਨੇ ਮੇਰੀ ਮਾਟੀ ਮੇਰਾ ਦੇਸ਼ ਕਾਰਕਰਮੇ ਦੀ ਅਮਲ ਆਵਰੀ ਪਰ ਜ਼ੋਰ ਪਾਇਆ ਤੇ ਜ਼ਿਲ੍ਹਾਇਲ ਕੁਆਟਰਿੰਗ ਸਬਡਿਵੀਜ਼ਨ ਸਤੈ ਤੇ ਪੁਲਿਸ ਥਾਣੇ ਪਰ ਤਿਰੰਗਾ ਰੈਲੀਆਂ ਦੇ ਆਯੋਜਨ ਦਾ مشورہ ਦਿੱਤਾ। ਉਹਨੇ ਇਨ ਰੈਲੀਆਂ ਚ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਸਨ ਸਿਵਲ ਪ੍ਰਸ਼ਾਸਨ ਦੇ ਸੂਲਿਤੋ ਪਰ ਵੀ ਜ਼ੋਰ ਦਿੱਤਾ। BSF ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਹੋ ਰਹੇ ਅੱਜ ਜੰਮੂ ਦੇ ਅਖਨੂਰ ਸੈਕਟਰ ਚ ਕਈ ਸਾਰੀ ਸਰਹੱਦੀ ਚੌਕੀਆਂ ਦਾ ਦੌਰਾ ਲਾਇਆ ਤੇ ਉੱਥੇ ਤਾਇਨਾਤ BSF ਦੇ ਜਵਾਨੇ ਪਰ ਜ਼ੋਰ ਪਾਇਆ ਜੋ ਬੰਨੇ ਪਾਰਾਤ ਹਮਾਂ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਕਾਮਯਾਬੀ ਕਰਨੇ ਮੁਕਾਬਲਾ ਕਰਨ ਲਈ असरदार निगरानी बनाई रखन बल प्रवक्ता मुजब अग्रवाल और होते संगारे त्रं दिन दौरे पर जम्मू पुजे है कल उन्हें साम्बा जिले अंतर्राष्ट्रीय बन्ने दौरा लाया हा जिते उ पाकिस्तान दी की तरफा ड्रोन ते तस्करी आली गतिविधियों के नाकाम बनाने कीती गए कार्रवाई बारे जानकारी दी गई ही है अखनूर के दौरे दौरान सैक्टर ते बटालियन कमांडर कमांडरें जमीनी सतह के हालात बारे जानकारी दी ए अलावा उएसएफ बटालियन पसिया ब ਦੇ ਪ੍ਰਬੰਧਨ ਤੇ ਹੋਰ ਨੇ ਸੇਵਿਕ ਐਕਸ਼ਨ ਕਾਰਜਕ੍ਰਮੇ ਬਾਰੇ ਵੀ ਅਵਗਤ ਕਰਾਇਆ ਗਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਵਕੀਲੇ ਤੇ ਸੰਘੀਓ ਵਕੀਲੇਂ ਕੀ ਸ਼ੁੱਕਰਵਾਰੇ ਅਦਾਲਤਾਂ ਚ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ ਗਿਆ 2020 ਦੇ ਚੋਣਾਂ ਦੇ ਨਤੀਜੇ ਨੂੰ ਪਰਤਾਣੇ ਲਈ ਕਥਿਤ ਦਖਲ ਦੇਣ ਦੀ ਕੋਸ਼ਿਸ਼ ਕਰਨੇ ਜੁੜੇ ਦੇ ਡੋਨਾਲਡ 트ੰਪ ਸਰਬੰਦੀ ਆਰੋਪੇਂ ਪਰ ਸੁਣਵਾਈ ਕਰਾਰ دی ਫੈਡਰਲ ਜੱਜ ਨੇ ਇਹ ਆਓ ਕਮਜ਼ਰੀ ਕੀਤਾ ਹੁਆਂ ਸੰਘੀ ਵਕੀਲਾਂ ਦਾ ਆਖਣਾ ਜੋ ਪੂਰੇ ਹਫਤੇ ਉਪਲਬਧ ਨਾ ਜਿਸ ਲਈ ਕਿ ਟਰੰਪੋਂ ਦੇ ਵਕੀਲ ਨੇ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਦੇ ਸ਼ੁਰੂ ਤੱਕ ਅਗੜੇ ਪਾਣੇ ਦੀ ਅਪੀਲ ਕੀਤੀ ਹੈ ਇਹ ਖਬਰਾਂ ਤੁਸ ਆਕਾਸ਼ਵਾਣੀ ਪਰ ਸੁਣਾਉਂਦੇ ਹਾਂ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਉਰਿਆਖੇ ਜੇ 2017 თਮਾ ਲਈ ਇਹ 2022 ਬਸ਼ਕਾਰ ਉਪក្រਹਿ ਦੇ ਪ੍ਰक्षेपण ਦੇ ਮਾਮਲੇ ਚ ਭਾਰਤ ਦੀ ਕਾਮਯਾਬੀ ਦੀ ਦਰ ਤਕਰੀਬਨ 90% ਹੈ। ਲੋਕ ਸਭਾ ਜ ਲਿਖੀ ਦਿੱਤੇ ਗਏ ਦੇ ਇੱਕ ਪਰਤੇ ਚ ਅਜ ਮੰਤਰੀ ਉਰਿਆਖੇ ਜ ਭਾਰਤ ਨੇ ਪਿਛਲੇ 10 ਸੇਂ ਬਰੇ ਦੌਰਾਨ ਤਕਰੀਬਨ 90 ਪ੍ਰक्षेपण ਕੀਤੇ ਨੇ ਜਿੰਦੇ ਚ ਛੜੇ ਤ੍ਰੈਗ ਹੈ ਨਾਕਾਮ ਹੋਏ ਨੇ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਚਾਰ ਵੈਕਸੀਨਾਂ ਦੀ ਅਜ਼ਮਾਇਸ਼ ਕਰਾ ਕਰਦੀ ਹੈ ਇਨ ਦੇ ਚ ਐਂਥਰੈਕਸ ਤੇ ਸਵਾਈਨ ਫੀਵਰ ਦੀ ਵੈਕਸੀਨ ਵੀ ਸ਼ਾਮਲ ਹੈ ਲੋਕ ਸਭਾ ਚ ਸਵਾਲਾਂ ਦੇ ਪਰਤੇ ਦੇ ਸਮੇਂ ਦੌਰਾਨ ਉਹਨੇ ਆਖਿਆ ਕਿ ਸਮੂਲਚੀ ਦੁਨੀਆ ਦੀ ਇਹਨੇ ਅਜ਼ਮਾਇਸ਼ੇ ਥਮਾ ਲਾ ਆਸਲ ਹੋਗ ਕੇਂਦਰੀ ਮੰਤਰੀ ਨੇ ਆਖਿਆ ਕਿ ਦੁਨੀਆ ਨੇ ਕੋਵਿਡ ਦੇ ਸਮੇਂ ਦੌਰਾਨ ਭਾਰਤ ਦੀ ਭੂਮਿਕਾ ਕੀ ਦੇਖਿਆ ਹੈ ਸਰਕਾਰਾਂ ਆਖਿਆ ਜੇ ਮਿਲਕਾ ਚ ਅਰਜੰਤੋੜੀ 99% ਰਾਸ਼ਨ ਕਾਰਡਾਂ 'ਤੇ ਆਧਾਰ ਕਰਨੇ ਜੋੜ ਦਿੱਤਾ ਗਿਆ ਹੈ ਉਪਭੋਗਤਾ ਮਾਮਲੇ ਖੁਰਾਕ ਤੇ ਸਾਰਵਜਨਿਕ ਭੰਡ ਸਰਬੰਧੀ ਮਹਿਕਮੇ ਦੀਏ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ ਉਹਨੇ ਗਲਾਇਆ ਜੇ ਸਰਕਾਰਾਂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰਾਸ਼ਨ ਕਾਰਡਾਂ 'ਤੇ ਆਧਾਰ ਕਰਨੇ ਜੋੜਨੇ ਦੀ ਸਮੇਂ ਸੀਮਾ ਕੀ ਇਸ ਬਰੇ ਸਤੰਬਰ ਮਹੀਨੇ ਤੱਕ ਬਤਾਇਆ ਦਿੱਤਾ ਉਹਨੇ ਦੱਸਿਆ ਜੇ ਸਭ ਨੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਇਹ ਆਖਿਆ ਗਿਆ ਜੋ ਇਸ ਕਲ यकीनी बनान बना ज भी योग्य लाभार्थी या परिवार की राशन कार्डें दी सूची चा बहर नहीं कड़े जा उन पहले एशियाई चैंपियंस ट्रॉफी चारतीय मर्दें दी टीम दा खीरी ग्रुप मैच अपने रिवायती हरीफ पाकिस्तान केन्नई के मेयर राधाकृष्णन स्टेडियम च यह मैच राती साठ बजे शुरू हो ਅੱਗੇ ਦੇ ਬਾਕੀ ਮੈਚੇਜ਼ ਜਪਾਨ ਦਾ ਮੁਕਾਬਲਾ ਚੀਨ ਕਰਨੇ ਤੇ ਮਲੇਸ਼ੀਆ ਦਾ ਦੱਖਣ ਕੋਰੀਆ ਕਰਨੇ ਉਹ ਕਰਦਾ ਹੈ ਦੁਨੀਆ ਚ ਭਾਰਤ ਦੀਆਂ ਕੀ ਟੀਮ ਚੌਥੇ ਨੰਬਰ ਪਰ ਹੈ ਜਿਸ ਲਈ ਜੇ ਪਾਕਿਸਤਾਨ ਦੀ ਟੀਮ ਕੀ 16ਵੀਂ ਥਾਂ ਆਸਲ ਹੈ ਭਾਰਤ ਤੇ ਵੈਸਟ ਇੰਡੀਜ਼ ਪੁਰਸਕਾਰ جاری ਪੰਜ T20 ਮੈਚੇਜ਼ ਦੀ ਸ਼੍ਰੇਣੀ ਦਾ ਅਗਲਾ ਮੈਚ ਸ਼ਨੀਵਾਰ ਨੂੰ ਅਮਰੀਕਾ ਦੇ ਫਲੋਰੀਡਾ ਚ ਕਿਹੜਾ ਜਾਗ ਤੇ ਖੀਰੀ ਮੈਚ ਵੀ ਉਸੇ ਮੈਦਾਨ ਚ ਐਤਵਾਰ ਨੂੰ ਹੋਗਾ ਸ਼੍ਰੇਣੀ ਦੇ ਪਹਿਲੇ ਤਿੰਨ ਮੈਚੇਜ਼ ਚ ਭਾਰਤ ਨੇ ਸ਼ਲਾ 1 ਗੇ ਜਿੱਤਦਾ ਕੱਲ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ਚ ਖੇਡੇ ਗਏ ਦੇਸ਼ ਸ਼੍ਰਿੰਖਲਾ ਦੇ ਤ੍ਰੀਏ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਦੀ 7 ਵਿਕਟਾਂ ਕਰਨੇ ਅਰਾਇਆ ਭਾਰਤ ਨੇ 17 ਓਵਰ ਤੇ 5 ਗੇਂਦਾਂ ਚ ਛੜੀਆਂ 3 ਵਿਕਟਾਂ ਮੁਆਈਏ 164 ਰਨਸ ਬਣਾਏ ਸੂਰੇ ਕੁਮਾਰ ਯਾਦਵ ਨੇ ਸਭਨੇ ਸ਼ਮਤੇ ਤਰਾਸੀ ਤੇ ਤਿਲਕ ਵਰਮਾ ਨੇ 49 ਰਨ ਬਣਾਏ ਪਹਿਲੇ ਖੇਡਦੇ ਹੋਏ ਵੈਸਟ ਇੰਡੀਜ਼ ਨੇ 20 ਓਵਰਾਂ ਚ 5 ਵਿਕਟਾਂ ਦੇ ਨੁਕਸਾਨ ਉੱਪਰ 159 ਰਨਸ ਬਣਾਏ ਹੈ विश्व एथलैटिकस चैंपियनशिप दो हजार त्रई च भारतीय दल की अगुवाई नेजा सुटने मशहूर खड़ारी नीरज चोपड़ा करंगन। ए चैंपियनशिप उन्नी अगस्त बुडापेस्ट बोडापेस्ट शुरू होती है युवा मामले मामलें खेडें संबंधी मंत्रालय ने घोषणा की है जो उस बड़े आयोजन ठाई भारतीय एथलीटें की राशि प्रदान इन करथलीटें चा पंद्रह पहली बार विश्व चैंपियनशिप मुकाबले च शामिल हो ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਤੇ ਗੁਮਾਯੂ ਇਲਾਕੇ ਚ ਆਉਣ ਦੇ 24 ਘੰਟੇ ਦੌਰਾਨ ਪਾਰੀ ਬਰਖਾ ਦੇ ਆਸਾਰ ਦੇ ਚਲਦੇ ਅਲਰਟ ਜਾਰੀ ਕੀਤਾ ਹੈ। ਮਾਹਕਮੇ ਮੁਜਬ ਪੌੜੀ, ਚੰਪਾਵਤ, ਨਨਿਤਾਲ ਤੇ ਉਧਮ ਸਿੰਘ ਨਗਰ ਦੇ ਕਿਸ਼ਲਾਕੇ ਚ ਮਤੀ ਤੇਜ਼ ਬਰਖਾ ਬਰੀ ਸਕਦੀ ਹੈ ਜਿਸਲੇ ਕੇ ਰਾਜ ਦੇ ਹੋਰ ਨੇ ਇਲਾਕੇ ਚ ਦਰਮਿਆਨ ਦੇ ਦਰਜੇ ਦੀ ਬਰਖਾ ਪੌਣੀ ਦੀ ਸੰਭਾਵਨਾ ਹੈ। ਰਾਜ ਚ ਪਿਛਲੇ 24 ਘੰਟੇ ਦੌਰਾਨ ਬਰਖਾ ਦੇ ਆਸ-ਪਾਸੀਆਂ ਪੌਣੀ ਦੀਆਂ ਕਟਨਾਇਂ ਚ 6 ਜਨਨ ਦੀ ਮੌਤ ਹੋਈ ਗਈ ਹੈ। ਦੂਰ ਜਿਹੜੇ ਇਲਾਕੇ ਚ 150 ਕੁਲਾ ਮਤੀਆਂ ਸ ਕਾ ਪਸਿਆਂ ਤੇ ਕੁੱਪੜ ਪੌਣੇ ਕਾਨ ਗੱਡੀਆਂ ਦੀ ਆਉਜਾਈ ਲਈ ਬੰਦਨ ਉਾਂ ਰਸਤਾ ਖੋਲਣ ਲਈ ਮਲਬਾ ਅਟਾਣੇ ਤੇ ਮਰੰਮਤ ਦੇ ਕੰਮ ਯੁੱਧਸਥਰਾ ਪਰ ਜਾਰੀ ਨ ਤੇ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਲੋਕ ਸਭਾ ਚ ਵਿਪਕਸ਼ਾਸਯਾ ਐਨਡੀਆ ਸਰਕਾਰ ਖਿਲਾਫ ਆਂਦੇਗੇ ਦੇ ਅਵਿਸ਼ਵਾਸ ਪ੍ਰਸਤਾਵ ਉਪਰ ਚਰਚਾ ਜਾਰੀ ਸ਼ਹੀਦਾਂ ਦੇ ਸਨਮਾਨ ਚ 21 ਦਿਨ ਦਾ ਰਾਸ਼ਟ ਵਿਆਪੀ ਅਭਿਆਨ ਮੇਰੀ ਮਾਟੀ ਮੇਰਾ ਦੇਸ਼ ਅੱਜ ਸ਼ੁਰੂ ਹੋਇਆ ਪਰ ਛੋੜੋ ਅੰਦੋਲਨ ਦੀ ਬਰੇਗੰਡ ਦੇ ਮੌਕੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਸਵਤੰਤਰਤਾ ਸੈਨਾਨੀ ਗੇ ਸ਼ਰਧਾਂਜਲੀ ਦੇਣ ਲਈ ਰਾਸ਼ਟ ਦੀ ਅਗਵਾਈ ਕੀਤੀ ਸੈਨਾ ਅਧਿਆਕਸ਼ ਜਨਰਲ ਮਨੋਜ ਪਾਂਡੇ ਬਰਤਾਨੀਆ ਦੇ ਪੰਜ ਰੋਜ਼ਾ ਦੌਰੇ ਪਰ ਰਵਾਨਾ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਤੇ ਕੁਮਾਯੂੰ ਖੇਤਰਾਂ ਵਿੱਚ ਆਉਂਦੇ 24 ਘੰਟੇ ਦੌਰਾਨ ਭਾਰੀ ਵਰਖਾ ਦੀ ਚੇਤਾਵਨੀ ਜਾਰੀ ਕੀਤੀ ਦੇ ਆਕੀਦੀ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਆਜਾਤੀ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਮਨੇ ਸਾਹਮਨੇ ਹੋਣਗਣ ਖਬਰ ਇਸ ਬੁਲੇਟਿਨ ਚ ਪਸ ਇਨਾ ਹੈ